ਸਸਕਾ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤਾਂ ਵੀਰ ਜੀ, ਆਪਾਂ ਪਹੁੰਚ ਚੁੱਕੇ ਹਾਂ ਜੀ ਖੇਮਕਰਨ ਸ਼ਹਿਰ, ਜ਼ਿਲ੍ਹਾ ਤਰਨਤਾਰਨ ਪੈਂਦਾ ਜੀ, ਤਹਿਸੀਲ ਪੱਟੀ। ਅਤੇ ਵੀਰਾਂ ਨੂੰ ਕੋਈ ਵਪਾਰ ਨਹੀਂ ਕਰਦੇ, ਘਰ ਦੇ ਪਸ਼ੂ ਹੋ ਜੀ, ਦੋਵੇਂ ਮਈਆਂ ਤਾਜ਼ੀਆਂ ਜੀ। ਅਤੇ ਆਓ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਹਾਂਜੀ, ਚਲੋ ਵਪਾਰ ਦਾ ਆਪਾਂ ਕਰਦੇ ਨੀ। ਹਾਂਜੀ ਹਾਂਜੀ, ਘਰ ਦੇ ਪਸ਼ੂ ਦੋਵੇਂ ਜੀ। ਆ ਜਾਓ ਫਿਰ, ਤੁਹਾਡਾ ਗੱਬੜਾਂ ਕਿ ਸੂਈਆਂ ਜੀ? ਦੋਵੇਂ ਗੱਬੜਾਂ ਹੀ ਆ, ਅੱਛਾ ਦੱਸੋ ਫਿਰ ਇਹਦੇ ਬਾਰੇ। ਸੂਆ ਕਿਹੜਾ ਜੀ? ਇਹ ਤੀਜਾ ਸੂਆ, ਠੀਕ ਆ ਜੀ। ਬਾਈ ਜੀ, ਕਿੰਨਾ ਦੁੱਧ ਕੀਤਾ ਪਿਛਲੇ ਸੂਏ ਫਿਰ ਇਹਨੇ? ਦੁੱਧ 15 ਲੀਟਰ। ਅੱਛਾ, ਕਰ ਗਈ 15 ਲੀਟਰ ਇਹ, ਠੀਕ ਆ। ਐ ਕੀ ਬੇਟਾ, ਪਊਗੀ ਕਿ ਨਹੀਂ? ਇੰਨਾ ਕੀ ਰੱਖੀ ਨੀ, ਹਨਾ? ਤੇ ਖੋਲੀਏ ਫਿਰ ਜੀ ਆਪਾਂ ਇਹਨੂੰ, ਤੀਜਾ ਜਾਂ ਚੌਥਾ ਵੀ ਲਾ ਸਕਦੇ, ਚੌਥਾ ਵੀ ਹੋ ਸਕਦਾ ਨਹੀਂ? ਲਓ ਜੀ, ਵੇਖੋ ਕਰਾ ਦੇ ਚਾਰੂ ਬਾਜੀ, ਬਿਲਕੁਲ ਸਹੀ ਸੀ ਜੀ। ਲਓ ਜੀ ਵੇਖੋ, ਚੰਗੀ ਮੈਂ ਨੀਲੀ ਜੀ ਆਉਂਦੀ ਮੈਂ, ਆ ਜਾਓ ਘੁਮਾ ਲਿਓ ਜੀ, ਘੁਮਾ ਲਿਓ ਘੁਮਾ ਲਿਓ। ਹਾਂ ਬਿਲਕੁਲ, ਲੈ ਚਲੋ ਚਲੋ ਚਲੋ, ਆਹ ਡਰ ਗਈ ਹੋ ਫਿਰ ਘਰ ਦੇ ਪਸ਼ੂ, ਪਰ ਤੁਹਾਨੂੰ ਪਤਾ ਜੀ ਕਿਹੜਾ ਕੋਈ ਵਪਾਰ ਕਰਦੇ ਆਉਂਦੇ ਜਾਂਦੇ ਰਹਿਣੀ। ਬੰਨੋ ਬਾਜੀ ਇੱਥੇ ਬੰਨ ਕਿਹੜੀ? ਹਾਂ ਬਸ ਤਿਆਰੀ, ਹਾਂਜੀ ਬਸ ਬਸ ਤਿਆਰੀ ਆ, ਸਮਝ ਲਓ। ਹਾਂਜੀ ਬਾਜੀ ਬੋਲੋ, ਹਾਂਜੀ ਬੋਲੋ, ਕੀ ਮਤਲਬ? ਜੁੜੇ ਦਾ ਬੋਲ ਗਿਆ, ਇਕੱਲੀ ਨਹੀਂ, ਇਕੱਲੀ ਇਕੱਲੀ ਦਾ 85,000 ਕਿੰਨੇ ਛੱਡ ਦੋਗੇ? 1,000 ਘਟਾ ਕੇ ਦੇ, 80,000 ਜਾਣ ਦੋ, 80 ਦੀ, ਚਲੋ ਠੀਕ ਆ। ਤੇ ਇਹ ਹੈਗੀ ਸੂਆ, ਇਹ ਦੂਜਾ ਸੂਆ, ਥੋੜਾ ਡਰ ਗਈ ਮੈਂ ਹਨਾ। ਖੋਲੋ ਬਾਈ ਜੀ ਫਿਰ ਇਹਨੂੰ ਵੀ। ਇਹ ਦੁੱਧ ਬਾਈ ਜੀ ਕਿੰਨਾ ਕਰੋਗੀ? ਇਹਨੇ ਕਰ ਦੋ ਲੈਸ, ਜਿੰਨੇ ਕਿੰਨਾ? ਦੋ ਕਰ ਦਾਂਗੇ, 85 ਜਾਣ ਦੋ, ਛੋੜੀ ਦੋ ਪਸ਼ੂ ਸੇਲ ਪਾਈਆਂ ਕੋਲ ਜੀ, ਬਾਕੀ ਮੇਰੇ ਵੀਰੇ ਆਓ ਇੱਥੇ ਆ ਕੇ ਚੈੱਕ ਕਰਕੇ ਚੋਇਸ ਕਰੇ, ਹਨਾ ਬਾਈ ਜੀ? ਹਾਂ ਬੋਲੋ ਬਾਈ ਜੀ ਨੰਬਰ ਫਿਰ। 88,476, ਹਾਂਜੀ 53,943, ਸ਼ਹਿਰ ਖੇਮਕਰਨ, ਖੇਮਕਰਨ ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ। ਸਤਿ ਸ਼੍ਰੀ ਅਕਾਲ।